ਸਿੱਖ ਧਰਮ ਦੀ ਹਰ ਗਤੀਵਿਧੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ। ਦੇਖੋ ਜਦੋਂ ਥਾਣਾ ਸਰਹਾਲੀ ਪੁਲਿਸ ਵੱਲੋਂ ਨਕਲੀ CID ਇੰਸਪੈਕਟਰ ਨੂੰ ਕੀਤਾ ਗਿਆ ਕਾਬੂ ਜੋ ਲੋਕਾਂ ਨੂੰ ਤੌਸ ਦੇ ਕੇ ਲੁੱਟਦਾ ਸੀ। ਉਹ ਆਈ ਕਾਰਡ ਮੈਂ ਕੰਪਿਊਟਰ ਤੋਂ ਕੱਢਿਆ ਸੀ ਜੀ CID ਦਾ। ਕਪਿਲ ਕਾਂਤ ਸ਼ਾਸਤਰੀ ਨਾਂ ਦਾ ਬੰਦਾ ਹੈ ਜਿਹੜੇ ਨੇ CID ਇੰਸਪੈਕਟਰ ਦਾ ਇੱਕ ਜਾਲੀ ID ਕਾਰਡ ਬਣਾਇਆ ਹੋਇਆ ਤਾਂ ਇਸ ID ਕਾਰਡ ਦੇ ਥਰੂ ਉਹ ਬੇਸਿਕਲੀ ਲੋਕਾਂ ਨੂੰ ਧੋਖਾ ਦਿੰਦਾ ਹੈ ਅਤੇ ਧੋਖਾਧੜੀ ਦੇ ਕੰਮ ਕਰਦਾ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰਪਿਆਰਿਓ, ਥਾਣਾ ਸਰਹਾਲੀ ਦੀ ਪੁਲਿਸ ਵੱਲੋਂ ਨਕਲੀ CID ਇੰਸਪੈਕਟਰ ਕਾਬੂ ਕੀਤਾ ਗਿਆ ਹੈ ਜਿਸ ਦਾ ਨਾਮ ਕਪਿਲ ਕਾਂਤ ਸ਼ਾਸਤਰੀ ਪੁੱਤਰ ਸਤਿਆ ਨਾਰਾਇਣ ਸ਼ਾਸਤਰੀ ਵਾਸੀ ਫਾਜ਼ਿਲਕਾ ਜੋ ਕਿ ਲੜਕੀਆਂ ਦੇ ਸਰਕਾਰੀ ਸਕੂਲ ਨਸ਼ਹਿਰਾ ਪਨੂਆ ਵਿਖੇ ਠੇਕੇ ਤੇ ਅਧਿਆਪਕ ਦੀ ਨੌਕਰੀ ਕਰਦਾ ਹੈ ਅਤੇ ਉਸ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਉਹ ਪਿਛਲੇ 3 ਸਾਲਾਂ ਤੋਂ ਇੱਥੇ ਨੌਕਰੀ ਕਰ ਰਿਹਾ ਸੀ ਜਿਸ ਵੱਲੋਂ ਉਸ ਦੌਰਾਨ ਕੰਪਿਊਟਰ ਤੋਂ ਸਕੈਨ ਕਰਕੇ ਜਾਲੀ ਆਈ ਕਾਰਡ ਤਿਆਰ ਕੀਤਾ ਗਿਆ ਤਾਂ ਜੋ ਪੁਲਿਸ ਉਸ ਨੂੰ ਮੋਟਰਸਾਈਕਲ ਤੇ ਆਉਂਦੇ ਜਾਂਦੇ ਉਸ ਦਾ ਚਲਾਨ ਨਾ ਕਰ ਸਕੇ ਅਤੇ ਉਸ ਨੂੰ ਪਰੇਸ਼ਾਨ ਨਾ ਕਰੇ। ਪਰ ਅੱਜ ਉਸ ਵੱਲੋਂ ਨਸ਼ਹਿਰਾ ਪਨੂਆ ਚੌਂਕੀ ਇੰਚਾਰਜ ਕੋਲ ਜਾ ਕੇ ਆਪਣੇ ਆਪ ਨੂੰ ਉਸ ਨੂੰ CID ਦਾ ਇੰਸਪੈਕਟਰ ਦੱਸ ਕੇ ਪੁਲਿਸ ਦੀਆਂ ਲੱਗੀਆਂ ਹੋਈਆਂ ਡਿਊਟੀਆਂ ਬਾਰੇ ਜਾਣਕਾਰੀ ਲੈਣ ਦੀ ਕੋਸ਼ਿਸ਼ ਕੀਤੀ। ਪੁਲਿਸ ਵੱਲੋਂ ਜਾਂਚ ਕਰਨ ਤੇ ਇਹ CID ਦਾ ਜਾਲੀ ਇੰਸਪੈਕਟਰ ਪਾਇਆ ਗਿਆ ਜਿਸ ਤੇ ਤੁਰੰਤ ਪੁਲਿਸ ਵੱਲੋਂ CID ਮਹਿਕਮੇ ਦੇ ਮੁਲਾਜ਼ਮ ਬੁਲਾ ਕੇ ਇਸ ਦੀ ਜਾਂਚ ਕੀਤੀ ਗਈ। ਕਪਿਲ ਕਾਂਤ ਸ਼ਾਸਤਰੀ, ਮੈਂ ਫਾਜ਼ਿਲਕਾ ਤੋਂ। ਤੇ ਕੀ ਕੰਮ ਕਰਦੇ? ਮੈਂ ਇੱਥੇ ਕੁੜੀਆਂ ਵਾਲੇ ਸਕੂਲ ਦੇ ਮਾਸਟਰ ਲੱਗਿਆ ਜੀ। ਕਿੰਨੀ ਤਨਖਾਹ ਤੇ ਰੈਗੂਲਰ ਤੇ ਜਾਂ ਇੱਥੇ ਅਜੇ ਰੈਗੂਲਰ ਹੋਣ ਵਾਲਾ 9,700 ਤੇ। ਤੇ ਤੁਹਾਡੇ ਕੋਲ ਇੱਕ ਆਈ ਕਾਰਡ ਸੀਗਾ? ਹਾਂਜੀ ਹਾਂਜੀ, ਉਹ ਆਈ ਕਾਰਡ ਮੈਂ ਕੰਪਿਊਟਰ ਤੋਂ ਕੱਢਿਆ ਸੀ ਜੀ CID ਦਾ। ਅੱਛਾ, ਕਿਸ ਰੈਂਕ ਦਾ ਹੈਗਾ? CID ਦਾ ਨਹੀਂ, ਰੈਂਕ ਕਿਹੜਾ ਸੀ? ਇੰਸਪੈਕਟਰ ਦਾ ਹੈ? ਹਾਂਜੀ ਹਾਂਜੀ, ਇੰਸਪੈਕਟਰ ਦਾ। ਕਿੱਥੇ ਵਰਤਦੇ ਤੁਸੀਂ? ਉਹ ਜਿਵੇਂ ਕੋਈ ਪੁਲਿਸ ਵਾਲਾ ਚਲਾਨ ਕੱਢਦਾ ਸੀ ਜਾਂ ਕੋਈ ਚਲਾਨ ਨਾ ਕੱਢ ਦੇਵੇ ਤਾਂ ਕਰਕੇ ਵਰਤਦਾ ਸੀ। ਕਿੰਨਾ ਚਿਰ ਪਹਿਲਾਂ ਬਣਾਇਆ ਸੀ? ਬਸ ਹੁਣੇ ਮਹੀਨਾ ਕੋਈ ਹੋਇਆ ਸੀ ਜੀ। ਬੱਸ ਸਫ਼ਰ ਵੀ ਕਰਦੇ ਤੁਸੀਂ? ਨਹੀਂ ਨਹੀਂ, ਬਸ ਤੋਂ ਬੱਸ ਵਾਲਾ ਨਹੀਂ ਚਲਾਉਂਦਾ ਉਹਨੂੰ। ਤੇ ਉਹ ਬਣਾਇਆ ਬਣਾਇਆ ਕਿੱਥੋਂ ਤੁਸੀਂ? ਆਪਾਂ ਹੀ ਪ੍ਰਿੰਟਰ ਤੋਂ ਹੀ ਕੱਢਿਆ ਸੀ। ਆਪੇ ਕੱਢਿਆ ਸੀ? ਹਾਂ ਹਾਂਜੀ ਹਾਂਜੀ। ਤੇ ਹੁਣ ਤੁਸੀਂ ਕੀ ਮੰਨਦੇ ਜੀ ਵੀ ਇਹ ਗਲਤ ਨਹੀਂ ਹੈਗਾ? ਇਹ ਗਲਤੀ ਹੋ ਗਈ ਜੀ ਮੇਰੇ ਤੋਂ ਬਹੁਤ ਵੱਡੀ, ਇਸ ਗਲਤੀ ਵਾਸਤੇ ਮੈਂ ਸ਼ਮਾ ਯਾਚਨਾ ਚਾਹੁੰਦਾ ਸਾਰਿਆਂ ਤੋਂ ਅਤੇ ਅੱਗੇ ਤੋਂ ਇਹ ਗਲਤੀ ਨਹੀਂ ਦੁਹਰਾਈ ਜਾਏਗੀ ਅਤੇ ਮੈਨੂੰ ਇੱਕ ਵਾਰੀ ਮਾਫ ਕੀਤਾ ਜਾਵੇ। ਚੌਂਕੀ ਵਿੱਚ ਜਾ ਕੇ ਦਬਕੇ ਨਹੀਂ ਮਾਰੇ, ਮੈਂ ਤਾਂ ਐਵੇਂ ਕਿਹਾ ਸੀ ਜੀ ਕਿ ਨਾਕਾ ਵਗੈਰਾ ਨਹੀਂ ਲੱਗਿਆ ਹੋਇਆ, ਨੱਕ ਲਾਓ। ਕਿਸ ਗੱਲ ਦੀ ਜਾਣਕਾਰੀ ਲੈਣਾ ਚਾਹੁੰਦੇ ਤੁਸੀਂ? ਜਾਣਕਾਰੀ ਕੋਈ ਚੀਜ਼ ਦੀ ਨਹੀਂ ਵੈਸੇ ਹੀ। ਨਹੀਂ, ਉਹ ਕਹਿੰਦੇ ਵੀ ਸਾਡੇ ਕੋਲ ਗੁਰਪੁਰਬ ਸੰਬੰਧੀ ਉਹਨਾਂ ਕਹਿੰਦੇ ਮੇਰੀ ਡਿਊਟੀ ਲੱਗੀ ਹੈ ਅਤੇ ਮੈਂ ਤੁਹਾਡੇ ਕੋਲ ਜਾਣਕਾਰੀ ਲੈਣੀ ਚਾਹੁੰਦਾ ਕੀ ਤੁਹਾਡੀ ਕੀ ਡਿਊਟੀ ਕਹਿ ਕੇ? ਨਹੀਂ ਨਹੀਂ, ਉਹ ਤਾਂ ਵੈਸੇ ਹੀ ਬਸ ਸੁਬਹ ਸੁਬਹ ਸੈਰ ਕਰਨ ਨਿਕਲਿਆ ਸੀ ਅਤੇ ਰਾਤ ਦੀ ਥੋੜ੍ਹੀ ਬਹੁਤ ਕੋਈ ਡਰਿੰਕ ਵਗੈਰਾ ਕੀਤੀ ਹੋਈ ਸੀ ਅਤੇ ਮੈਂ ਕਿਹਾ ਚਲੋ ਸੈਰ ਕਰੀ ਜੀ ਅਤੇ ਚੌਂਕੀ ਚਲੇ ਗਏ। ਅਤੇ ਚੌਂਕੀ ਚਲਾ ਗਿਆ ਅਤੇ ਉਹਨਾਂ ਦੇ ਕੁਰਸੀ 'ਤੇ ਬੈਠੇ ਗਏ ਇੰਚਾਰਜ ਜੀ? ਹਾਂਜੀ, ਇੰਚਾਰਜ ਦੀ ਕੁਰਸੀ 'ਤੇ ਬੈਠੇ ਸੀ? ਉਹਨਾਂ ਨੇ ਕਿਹਾ ਸੀ ਜੀ ਇੱਥੇ ਬਹਿ ਜਾਓ। ਦੋ ਜਣੇ ਆਏ ਸੀ ਉਹਨਾਂ ਨੇ ਕੀਤੀ ਸੀ ਜੀ।
ਤੇ ਹੁਣ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਹਾਂਜੀ, ਤੁਹਾਡੇ ਪਰਿਵਾਰ ਚ ਕੌਣ ਹੈ? ਮੇਰੇ ਪਰਿਵਾਰ ਚ ਮੇਰੀ ਦੋ ਗੁੜੀ ਹੈ, ਮੇਰੀ ਵਾਈਫ ਹੈ। ਕਿੰਨੇ ਚਿਰ ਤੋਂ ਨੌਕਰੀ ਕਰ ਰਹੇ ਹੋ? ਮੈਨੂੰ ਉਹਨੇ ਤੀਜਾ ਸਾਲ ਲੱਗਿਆ ਇੱਥੇ। ਹਾਂਜੀ, ਨਸ਼ਹਿਰੇ? ਹਾਂਜੀ। ਤੇ ਜਦੋਂ ਤੁਸੀਂ ਤੁਹਾਨੂੰ ਤੁਹਾਡੀ ਜੌਬ ਹੈ ਚੰਗੀ ਬੜੀ ਭਾਵੇਂ ਠੇਕੇ ਤੇ ਆ, ਫਿਰ ਤੁਸੀਂ ਇਸ ਸਟੈਪ ਕਿਉਂ ਲਿਆ? ਗਲਤੀ ਹੋ ਗਈ ਜੀ, ਬਹੁਤ ਵੱਡੀ ਗਲਤੀ ਹੋ ਗਈ। ਵਰਤੋਂ ਕਰ ਰਹੇ ਜੀ, ਗਲਤੀ ਹੋ ਗਈ ਜੀ, ਸ਼ਮਾ ਕਰੋ ਜੀ, ਮਾਫ ਕਰੋ ਜੀ, ਗਲਤੀ ਹੋ ਗਈ ਜੀ। ਗਲਤੀ ਕੀਤੀ ਨਾ ਮੰਨਦੇ ਤੁਸੀਂ? ਹਾਂਜੀ। ਕਾਰਡ ਕਿੱਥੇ ਤੁਹਾਡੇ ਕੋਲ? ਕਾਰਡ ਇਹਨਾਂ ਪੁਲਿਸ ਵਾਲਿਆਂ ਕੋਲ ਹੀ ਹੈ। ਪੁਲਿਸ ਵਾਲਿਆਂ ਕੋਲ ਹੀ ਹੈ? ਹਾਂਜੀ। ਜਿਸ ਤੋਂ ਬਾਅਦ ਇਸਨੇ ਆਪਣੇ ਆਪ ਨੂੰ ਆਈਬੀ ਦਾ ਮੁਲਾਜ਼ਮ ਦੱਸ ਕੇ ਪੁਲਿਸ ਨੂੰ ਮੁੜ ਚੱਕਰਾਂ ਵਿੱਚ ਪਾਉਣ ਦੀ ਕੋਸ਼ਿਸ਼ ਕੀਤੀ, ਜਿਸ ਉਪਰੰਤ ਆਈਬੀ ਮੁਲਾਜ਼ਮਾਂ ਵੱਲੋਂ ਵੀ ਇਸ ਦੀ ਜਾਂਚ ਕੀਤੀ ਗਈ। ਪੁਲਿਸ ਨੇ ਇਸ ਕੋਲੋਂ ਸੀਆਈਡੀ ਮਹਿਕਮੇ ਦਾ ਆਈ ਕਾਰਡ ਬਰਾਮਦ ਕੀਤਾ ਹੈ ਅਤੇ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ। ਐਸਪੀਡੀ ਹੈੱਡਕੁਆਰਟਰ ਗੌਰਵ ਤੁਰਾ ਨੇ ਦੱਸਿਆ ਕਿ ਇਸ ਕਪਿਲ ਕਾਂਤ ਨਾਮ ਦੇ ਆਰੋਪੀ ਨੂੰ ਨਸ਼ਹਿਰਾ ਪਨੂਆ ਤੋਂ ਕਾਬੂ ਕੀਤਾ ਗਿਆ ਹੈ, ਜਿਸ ਕੋਲੋਂ ਜਾਲੀ ਸੀਆਈਡੀ ਇੰਸਪੈਕਟਰ ਦਾ ਕਾਰਡ ਬਰਾਮਦ ਹੋਇਆ ਹੈ, ਜਿਸ ਖਿਲਾਫ ਮਾਮਲਾ ਦਰਜ ਕਰਕੇ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ। SHO ਸਰਹਾਲੀ ਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਇੱਕ ਕਪਿਲ ਕਾਂਤ ਸ਼ਾਸਤਰੀ ਨਾਂ ਦਾ ਬੰਦਾ ਹੈ, ਜਿਹੜੇ ਨੇ ਸੀਆਈਡੀ ਇੰਸਪੈਕਟਰ ਦਾ ਇੱਕ ਜਾਲੀ ਆਈਡੀ ਕਾਰਡ ਬਣਾਇਆ ਹੋਇਆ ਹੈ, ਤਾਂ ਇਸ ਆਈਡੀ ਕਾਰਡ ਦੇ ਥਰੂ ਉਹ ਬੇਸਿਕਲੀ ਲੋਕਾਂ ਨੂੰ ਧੋਖਾ ਦਿੰਦਾ ਹੈ ਅਤੇ ਧੋਖਾਧੜੀ ਦੇ ਕੰਮ ਕਰਦਾ ਹੈ। ਇਹ 'ਤੇ ਕਾਰਵਾਈ ਕਰਦੇ ਹੋਏ ਉਹ ਬੰਦੇ ਨੂੰ ਵੈਰੀਫਾਈ ਕੀਤਾ ਗਿਆ ਅਤੇ ਉਹਦੇ ਕੋਲੋਂ ਸੀਆਈਡੀ ਇੰਸਪੈਕਟਰ ਦਾ ਇੱਕ ਜਾਲੀ ਕਾਰਡ ਵੀ ਬਰਾਮਦ ਕੀਤਾ ਗਿਆ ਹੈ। ਫਰਦਰ ਪੁੱਛਗਿੱਛ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਇਹ ਨੌਸ਼ਹਿਰਾ ਪੰਨੂਆਂ ਦੇ ਵਿੱਚ ਹੀ ਇੱਕ ਸਕੂਲ ਦੇ ਵਿੱਚ ਟੀਚਰ ਸੀਗਾ ਅਤੇ ਇਹ 'ਤੇ ਸੰਬੰਧਿਤ ਧਾਰਾਵਾਂ ਤਹਿਤ ਇੱਕ ਪਰਚਾ ਦਰਜ ਕਰ ਲਿਆ ਗਿਆ ਅਤੇ ਜਿਹਦੇ ਵਿੱਚ ਪੁੱਛਗਿੱਛ ਕੀਤੀ ਜਾ ਰਹੀ ਹੈ। ਜੋ ਇਨਸਾਨ ਨਕਲੀ ਸੀਆਈਡੀ ਦਾ ਕਾਰਡ ਬਣਾ ਕੇ ਪੁਲਿਸ ਨੂੰ ਚਕਮਾ ਦੇ ਸਕਦਾ ਹੈ, ਉਹ ਬਹੁਤ ਸ਼ਾਤਿਰ ਹਰਕਤਾਂ ਅੱਗੇ ਵੀ ਕਰ ਸਕਦਾ ਹੈ। ਹੁਣ ਇਹ ਜਾਂਚ ਤੋਂ ਬਾਅਦ ਹੀ ਸਾਹਮਣੇ ਆਏਗਾ ਕਿ ਇਹ ਆਈ ਕਾਰਡ ਸਿਰਫ ਪੁਲਿਸ ਤੋਂ ਬਚਣ ਵਾਸਤੇ ਬਣਾਇਆ ਗਿਆ ਸੀ ਜਾਂ ਲੋਕਾਂ ਨੂੰ ਆਪਣੇ ਜਾਲ ਵਿੱਚ ਫਸਾਉਣ ਵਾਸਤੇ, ਲੋਕਾਂ ਦੇ ਅੱਗੇ ਝੂਠੀ ਧੌਂਸ ਬਣਾਉਣ ਵਾਸਤੇ ਜਾਂ ਕਿਸੇ ਹੋਰ ਖੁਫੀਆ ਤੰਤਰ ਦਾ ਹਿੱਸਾ ਹੈ। ਗੌਰਵ ਤੂਰ, ਕਪਿਲ ਕਾਂਤ। ਤੁਸੀਂ ਸਭ ਇਸ ਮਸਲੇ ਉੱਤੇ ਕੀ ਸੋਚਦੇ? ਆਪਣੇ ਵਿਚਾਰ ਵਿੱਚ ਕਮੈਂਟਸ ਦੇ ਵਿੱਚ ਜ਼ਰੂਰ ਦੇਣਾ। ਵੀਡੀਓ ਚੰਗੀ ਲੱਗੀ ਹੋਵੇ ਲਾਈਕ ਅਤੇ ਸ਼ੇਅਰ ਵੀ ਜ਼ਰੂਰ ਕਰਨਾ। ਗੁਰਬਾਣੀ ਅਖੰਡਬਾਣੀ ਵਾਸਤੇ ਤਰਨ ਤਾਰਨ ਤੋਂ ਜਸਵੀਰ ਸਿੰਘ ਲੱਡੂ ਦੀ ਰਿਪੋਰਟ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਧਰਮ ਦੀ ਹਰ ਗਤੀਵਿਧੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨ ਵਾਸਤੇ ਬੈਲ ਨੂੰ ਰਿੰਗ ਕਰੋ।